ਸਿੱਧੂ ਮੂਸੇਵਾਲੇ ਦੀ ਸਾਹਮਣੇ ਆਈ ਇੱਕ ਭਾਵੁਕ ਕਰਨ ਵਾਲੀ ਵੀਡੀਓ ਕੀ ਹੈ ਇਸ ਵੀਡੀਓ ਵਿੱਚ ਦੇਖਣ ਲਈ ਜੁੜੇ ਰਹੋ ਸਾਡੇ ਨਾਲ। ਹਾਂਜੀ ਬਾਬੇ ਇੱਕ ਵਾਰ ਫੇਰ ਤੋਂ ਹਾਜ਼ਰ ਹਾਂ ਜੱਟ ਬਾਬੇ ਟੈਲੀਵਿਜ਼ਨ ਦੇ ਵਿੱਚ। ਦੋਸਤੋ ਵੀਡੀਓ ਵੱਲ ਵਧਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕੁਐਸਟ ਹੈ, ਜਿਨ੍ਹਾਂ ਨੇ ਆਪਣਾ ਚੈਨਲ ਜੱਟ ਬਾਬੇ ਟੈਲੀਵਿਜ਼ਨ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਦੇ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਪਣੀ ਹਰ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਤਾਂ ਬਾਬੇ ਆਓ ਵੱਧਦੇ ਹਾਂ ਅੱਜ ਦੀ ਵੀਡੀਓ ਵਾਲਾ। ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸਿੱਧੂ ਮੂਸੇਵਾਲੇ ਦੀ ਇਸ ਸਮੇਂ ਪੂਰੀ ਦੁਨੀਆ ਫੈਨ ਹੈ, ਪੂਰੀ ਦੁਨੀਆ ਦੇ ਵਿੱਚ ਸਿੱਧੂ ਦੇ ਨਾਮ ਦੀ ਚਰਚਾ ਹੈ। ਦੋਸਤੋ ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਬੰਦਾ ਸਿੱਧੂ ਮੂਸੇਵਾਲਾ ਦਾ ਫੈਨ ਹੈ। ਸਿੱਧੂ ਮੂਸੇਵਾਲਾ ਜਦੋਂ ਪੰਜਾਬ ਹੁੰਦਾ ਹੈ ਤਾਂ ਫੋਟੋਆਂ ਖਿਚਾਉਣ ਲਈ ਉਸਦੇ ਘਰ ਦੇ ਬਾਹਰ ਲੋਕਾਂ ਦੀ ਹਰ ਸਮੇਂ ਭੀੜ ਲੱਗੀ ਰਹਿੰਦੀ ਹੈ। ਦੋਸਤੋ ਸਿੱਧੂ ਮੂਸੇਵਾਲਾ ਵੀ ਕਿਸੇ ਨੂੰ ਨਿਰਾਸ਼ ਕਰਕੇ ਨਹੀਂ ਮੋੜਦਾ। ਹਰੇਕ ਬੰਦਾ ਜੋ ਉਸ ਨਾਲ ਫੋਟੋ ਖਿਚਾਉਣ ਆਇਆ ਹੈ ਉਹ ਖਾਲੀ ਨਹੀਂ ਜਾਂਦਾ, ਉਹ ਉਸ ਨਾਲ ਫੋਟੋ ਖਿਚਾ ਕੇ ਹੀ ਵਾਪਸ ਜਾਂਦਾ ਹੈ। ਦੋਸਤੋ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਅੱਜ ਆਪਾਂ ਲੈ ਚੱਲਦੇ ਹਾਂ ਸਿੱਧੂ ਮੂਸੇਵਾਲੇ ਦੀ ਇੱਕ ਅਜਿਹੀ ਵੀਡੀਓ ਵਿੱਚ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ। ਦੋਸਤੋ ਹੋਇਆ ਏਦਾਂ ਕਿ ਸਿੱਧੂ ਮੂਸੇਵਾਲੇ ਨੂੰ ਮਿਲਣ ਵਾਸਤੇ ਇੱਕ ਛੋਟਾ ਜਿਹਾ ਬੱਚਾ ਜਿੱਦ ਕਰਨ ਲੱਗਾ ਜੋ ਕਿ ਹੈਂਡੀਕੈਪਟ ਹੈ ਅਤੇ ਉਸ ਨੇ ਆਪਣਾ ਖਾਣਾ ਪੀਣਾ ਤੱਕ ਛੱਡ ਦਿੱਤਾ। ਘਰ ਵਾਲਿਆਂ ਦੇ ਲੱਕ ਸਮਝਾਉਣ ਦੇ ਬਾਵਜੂਦ ਵੀ ਉਸ ਨੇ ਖਾਣਾ ਪੀਣਾ ਸ਼ੁਰੂ ਨਾ ਕੀਤਾ। ਬਸ ਉਸ ਦੀ ਇੱਕੋ ਇੱਕ ਜਿੱਦ ਸੀ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਇੱਕ ਵਾਰ ਮਿਲਣਾ ਚਾਹੁੰਦਾ ਹਾਂ। ਦੋਸਤੋ ਉਸ ਬੱਚੇ ਦੇ ਘਰਦਿਆਂ ਵਾਸਤੇ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਅਤੇ ਉਹਨਾਂ ਨੇ ਕਿਸੇ ਤਰ੍ਹਾਂ ਸਿੱਧੂ ਮੂਸੇਵਾਲੇ ਤੱਕ ਪਹੁੰਚ ਕੀਤੀ ਅਤੇ ਪੂਰੀ ਗੱਲਬਾਤ ਦੱਸੀ। ਉਸ ਤੋਂ ਬਾਅਦ ਇਹ ਦੱਸਣ ਦੀ ਲੋੜ ਨਹੀਂ ਕਿ ਸਿੱਧੂ ਮੂਸੇਵਾਲੇ ਨੇ ਕੀ ਕਿਹਾ ਹੋਵੇਗਾ। ਸਿੱਧੂ ਮੂਸੇਵਾਲੇ ਨੇ ਕਿਹਾ ਕਿ ਪੁੱਛਣ ਦੀ ਕੀ ਲੋੜ ਹੈ, ਬੱਚੇ ਨੂੰ ਲੈ ਆਓ। ਦੋਸਤੋ ਜਦੋਂ ਉਸ ਹੈਂਡੀਕੈਪਟ ਬੱਚੇ ਨੂੰ ਸਿੱਧੂ ਮੂਸੇਵਾਲੇ ਕੋਲੇ ਮਿਲਣ ਵਾਸਤੇ ਲਿਆਇਆ ਗਿਆ ਤਾਂ ਸਿੱਧੂ ਮੂਸੇਵਾਲਾ ਵੀ ਦੇਖ ਕੇ ਭਾਵੁਕ ਹੋ ਗਿਆ ਅਤੇ ਬਹੁਤ ਪਿਆਰ ਨਾਲ ਉਸ ਨਾਲ ਗੱਲਬਾਤ ਕਰੀ ਅਤੇ ਫੋਟੋਆਂ ਖਿਚਾਈਆਂ। ਦੋਸਤੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਲੈ ਚੱਲਦੇ ਇਸ ਭਾਵੁਕ ਕਰਨ ਵਾਲੀ ਵੀਡੀਓ ਵੱਲ। ਵੀਡੀਓ ਵੱਲ ਜਾਣ ਤੋਂ ਪਹਿਲਾਂ ਨਿੱਕੀ ਜਿਹੀ ਰਿਕੁਐਸਟ ਹੈ, ਜਿਨ੍ਹਾਂ ਨੇ ਆਪਣਾ ਚੈਨਲ ਜੱਟ ਬਾਬੇ ਟੈਲੀਵਿਜ਼ਨ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੈਣ, ਕਿਉਂਕਿ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀਆਂ ਜੁੜੀ ਹੋਈ ਹਰ ਛੋਟੀ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਹਾਂ। ਹੈਲੋ ਹੈਲੋ ਕੀ ਲਿਆਉਂਦਾ ਮੇਰੇ ਲਈ? ਓਕੇ ਸਨ, ਓਕੇ ਓਕੇ ਲਿਆ ਫੜਾ ਫਿਰ ਮੈਨੂੰ ਫੜਾ ਦੇ ਲਿਆ ਮੈਂ ਚੱਕਦਾ। ਥੈਂਕ ਯੂ ਪੁੱਤ, ਥੈਂਕ ਯੂ ਥੈਂਕ ਯੂ ਥੈਂਕ ਯੂ। ਖੁਸ਼ ਖੁਸ਼ ਹਾਂ, ਹੱਸ ਕੇ ਤਾਂ ਦਿਖਾ ਦੇ ਮੇਰਾ। ਚੱਲ ਠੀਕ ਆ ਪੁੱਤ, ਹਾਂ ਬਾਈ ਜਿੰਨੀ ਮਰਜ਼ੀ। ਲਵ ਯੂ ਪੁੱਤ, ਲਵ ਯੂ, ਲਵ ਯੂ, ਗੋਡ ਬਲੈਸ।